ਮਾਤਾ ਗੁਜਰੀ ਜੀ ਫੇਰ ਆਪਣੇ ਗੋਦ ਵਿੱਚ ਬਿਠਾਉਂਦੇ ਨੇ ਤੇ ਇਹ ਜਿਹੜੀ 12 ਪੋ ਦੀ ਰਾਤ ਹੈ ਜੀ ਜਿਹੜੀ ਅਗਲੀ ਰਾਤ ਆਈ ਹੈ ਪਹਿਲਾ 11 ਪੋ ਦੇ ਦਿਨ ਦੀ ਪੇਸ਼ੀ ਹੈ ਅਗਲੀ ਰਾਤ ਆਈ 12 ਪੋ ਦਾ ਦਿਨ ਚੜਨ ਤੋਂ ਪਹਿਲੀ ਜਿਹੜੀ ਰਾਤ ਹੈ ਤੇ ਇਸ ਰਾਤ ਨੂੰ ਫਿਰ ਬਾਬਾ ਮੋਤੀराम ਮਹਾਰਾਜ ਜੀ ਇਸ ਸਰਹੰਦ ਦੀ ਧਰਤੀ ਤੇ ਰਹਿਣ ਵਾਲੇ ਇਹ ਵੀ ਗੁਰੂ ਘਰ ਦੇ ਸ਼ਰਧਾਲੂ ਨੇ ਸੇਵਕ ਨੇ ਹੈ ਰਸੋਈਏ ਨੇ ਸੋਬੇ ਵਜੀਦੇ ਦੇ ਇਸ ਵਕਤ ਬਾਬਾ ਮੋਤੀराम ਮਹਿਰਾ ਜੀ ਨੇ ਫਿਰ ਕੀ ਕੀਤਾ ਵੀ ਆਪਣੇ ਘਰ ਦੇ ਗਹਿਣੇ ਆਪਣੇ ਘਰ ਵਿੱਚ ਜੋ ਵੀ ਕੀਮਤੀ ਸਮਾਨ ਹੈ ਸਾਰਾ ਕੁਝ ਲਿਆ ਕੇ ਤੇ ਉਹਨਾਂ ਸਿਪਾਹੀਆਂ ਨੂੰ ਦਿੱਤਾ ਜਿਹੜੇ ਸਿਪਾਹੀ ਉਸ ਵਕਤ ਦਾ ਲਾਜੀ ਸਿਪਾਹੀ ਸੀ ਲਾਜਾ ਦੇ ਚਾਹੁੰਦੇ ਸੀ ਅੱਗੇ ਹਾਂਜੀ ਕਿਉਂਕਿ ਐਲਾਨ ਸੀ ਸੂਬੇਬਦਾਰ ਦੇ ਵੱਲੋਂ ਵੀ ਨਾ ਕੋਈ ਬਰਸ਼ਾਦਾ ਦੇਣਾ ਨਾ ਇਹਨਾਂ ਨੂੰ ਕੁਝ ਪਾਣੀ ਦਾ ਘੁੱਟ ਵੀ ਪੀਣ ਦੇ ਲਈ ਦੇਣਾ ਤੇ ਇਸ ਕਰਕੇ ਅੱਜ ਬਾਬਾ ਮੋਤੀराम ਮਹਿਰਾ ਜੀ ਨੇ ਦੇਖੋ ਬੜੀ ਵੱਡੀ ਇੱਕ ਕੁਰਬਾਨੀ ਕੀਤੀ ਹੈ ਆਪਣਾ ਗਹਿਣਾ ਡੱਪਾ ਸਭ ਕੁਝ ਦੇ ਕੇ ਉਹਨਾਂ ਸਿਪਾਹੀਆਂ ਨੂੰ ਲਾਲਚ ਦੇ ਕੇ ਤੇ ਦੁੱਧ ਲੈ ਕੇ ਗਰਮ ਦੁੱਧ ਦਾ ਗੜਵਾ ਲੈ ਕੇ ਤੇ ਪੁੱਜ ਗਏ ਨੇ ਠੰਡੇ ਬੁਰਜ ਦੇ ਵਿੱਚ ਆ ਕੇ ਬੇਨਤੀ ਕੀਤੀ ਮਾਤਾ ਆ ਮੇਰੇ ਵੱਲ ਉਹ ਸੇਵਾ ਪ੍ਰਵਾਨ ਕਰੋ ਦੁੱਧ ਛਕੋ ਤੇ ਵੇਖੋ ਕਿੰਨੇ ਦਿਨਾਂ ਦੀ ਭੁੱਖ ਪਿਆਸ ਹੈ ਤੇ ਅਤ ਦੀ ਸਰਦੀ ਹੈ ਉਹ ਸਰਦਲ ਦੇ ਵਿੱਚ ਠੰਡੇ ਬੁਰਜ ਦੇ ਅੰਦਰ ਤੇ ਬਾਬਾ ਮੋਤੀराम ਮਹਿਰਾ ਨੇ ਅੱਜ ਪੁੰਨ ਕਮਾਇਆ ਧੰਨ ਮੋਤੀ ਜਨ ਉਹਨੇ ਕਮਾਇਆ ਗੁਰ ਲਾਲਾਂ ਤਾਈ ਦੁੱਧ ਸ਼ਿਕਾਇਆ ਤੁਹਾਨੂੰ ਹੋ ਗਏ ਬਾਬਾ ਮੋਤੀਰਾ ਮਹਿਰਾ ਜੀ ਦੇਖੋ ਇਹ ਸੇਵਾ ਕੀਤੀ ਜਲ ਸ਼ਿਕਾਇਆ ਤੇ ਰਾਤ ਅਗਲੀ ਜਿਹੜੀ ਗੁਜਰਦੀ ਹੈ ਮਾਤਾ ਗੁਜਰੀ ਜੀ ਫਿਰ ਉਸ ਵਕਤ ਵੀ ਸਹਿਬਜ਼ਾਦਿਆਂ ਨੂੰ ਸ਼ਹੀਦੀਆਂ ਦੇ ਸਾਕੇ ਸੁਣਾਉਂਦੀ ਹੈ ਰਾਤ ਡੋਲ ਨਾ ਜਾਣ ਜਜਬਾ ਮਨ ਦੇ ਅੰਦਰ ਜਿਵੇਂ ਬਾਤਾਂ ਕਰਦੀ ਹੋਈ ਆਪਣੇ ਪਿਤਾ ਦੇ ਨਾਲ ਆਪਣੇ ਪਤੀ ਧੰ શ્રી ਗੁਰਤੇਗ ਬਹਾਦਰ ਸਿੰਘ ਮਹਾਰਾਜ ਪਾਸ਼ਾ ਜੀ ਦੇ ਨਾਲ ਤੇ ਸਾਰਾ ਕੁਝ ਉਹਨਾਂ ਨੂੰ ਸਮਝਾ ਰਹੀ ਹੈ ਦੱਸ ਰਹੀ ਹੈ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਹਿਬ ਜੀ ਦੀ ਸ਼ਹਾਦਤ ਜਾਤ ਜਾਈ ਹਾਂਜੀ ਹਾਂਜੀ ਜਾਦ ਕਰਵਾਇਆ ਉਹ ਇਤਿਹਾਸ ਸੇਤੇ ਕਰਵਾਇਆ ਰਾਤ ਬਤੀਤ ਹੋਈ ਅਗਲੀ ਫੇਰ ਸਵੇਰ ਆਈ ਸਿਪਾਹੀ ਆ ਗਏ ਨੇ ਇਸੀ ਤੇ ਲਜਾਣ ਦੇ ਲਈ ਮੇਰਾ ਛੋਟੀ ਇੱਕ ਉਮਰ ਦੇਖੋ 7 ਸਾਲ ਤੇ 9 ਸਾਲ ਦੀ ਬੜੀ ਛੋਟੀ ਉਮਰ ਹਤੇ ਹੌਸਲੇ ਬੁਲੰਦ ਹੌਸਲੇ ਬੁਲੰਦ ਕੀ ਅਸੀਂ ਤਾਂ ਹੀ ਬਾਬੇ ਆਖਦੇ ਕਿ ਸਿਆਣੀਆਂ ਗੱਲਾਂ ਸਿਆਣੇ ਬਜ਼ੁਰਗਾਂ ਦੇ ਵਾਂਗ ਉਹਨਾਂ ਨੇ ਜਜ਼ਬਾ ਚੜ੍ਹਦੀ ਕਲਾ ਉਹਨਾਂ ਨੇ ਹਿੰਮਤ ਨਹੀਂ ਹਾਰੀ ਬਿਲਕੁਲ ਨਾ ਸਰਦੀ ਦੇ ਵਿੱਚ ਨਾ ਭੁੱਖ ਦੇ ਵਿੱਚ ਨਾ ਇਹਨਾਂ ਦੁੱਖਾਂ ਦੇ ਵਿੱਚ ਨਾ ਸਹਬਜ਼ਾਦੇ ਵੱਲੋਂ ਉਸ ਵਕਤ ਜਦੋਂ ਸੂਬੇ ਦੇ ਵੱਲੋਂ ਦੁੱਖ ਦਿੱਤੇ ਜਾ ਰਹੇ ਨੇ ਕਿਉਂਕਿ ਤੜਫਾਇਆ ਹੀ ਜਾ ਰਿਆ ਭੁੱਖੇ ਪਿਆਸੇ ਰੱਖ ਕੇ ਠੰਡੇ ਬੁਰਜ ਦੇ ਵਿੱਚ ਤੇ ਉਸ ਵਕਤ ਵੀ ਉਹ ਡੋਲੇ ਨਹੀਂ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਜਦੋਂ ਲਜਾਇਆ ਗਿਆ ਅਗਲੇ ਦਿਨ ਫਿਰ ਕਚਹਿਰੀ ਦੇ ਵਿੱਚ ਤੇ ਜਾਂਦਿਆਂ ਸਾਰਨਾ ਉੱਥੇ ਉਹਨਾਂ ਨੇ ਖਡਾਉਣਿਆਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਜਿਵੇਂ ਲਾਈਆਂ ਹੋਈਆਂ ਉਹ ਕਹਿੰਦੇ ਵੀ ਸ਼ਾਇਦ ਲਾਲਚ ਦਿੱਤਾ ਜਾਏ ਵੀ ਬੱਚੇ ਨੇ ਬੱਚੇ ਨੇ ਥੋੜੇ ਵੀ ਇਹ ਚੀਜ਼ਾਂ ਵੇਖ ਕੇ ਭਰਮ ਜਾਣਗੇ ਪਰ ਨਹੀਂ ਇੱਕ ਪਾਸੇ ਤਲਵਾਰਾਂ ਇੱਕ ਪਾਸੇ ਸ਼ਸਤਰ ਰੱਖੇ ਹੋਏ ਨੇ ਜੀ ਤੇ ਸਹਿਬਜ਼ਾਦਿਆਂ ਨੇ ਖਡਾਉਣੇ ਛੱਡੇ ਮਠਿਆਈਆਂ ਛੱਡੀਆਂ ਤੇ ਜਾ ਕੇ ਤਲਵਾਰਾਂ ਨੂੰ ਹੱਥ ਪਾ ਲਏ ਤੇ ਉਸੇ ਵਕਤ ਝੂਠਾ ਆਨੰਦ ਫੇਰ ਆਖਦਾ ਕਹਿੰਦਾ ਜੀ ਦੇਖੋ ਬਾਗੀ ਬਾਗੀ ਦੇ ਪੁੱਤਰ ਇਹ ਸ਼ਸਤਰਾਂ ਨੂੰ ਤਲਵਾਰਾਂ ਨੂੰ ਹੱਥ ਪਾਉਂਦੇ ਪਏ ਨੇ ਜੀ ਤੇ ਸੂਬਾ ਸਰਹੰਦ ਕਹਿੰਦਾ ਜੀ ਤੁਹਾਨੂੰ ਬੱਚੋ ਛੱਡ ਦਿੱਤਾ ਜਾਏ ਫਿਰ ਤੁਸੀਂ ਕੀ ਕਰੋਗੇ ਤੇ ਉਸ ਵਕਤ ਸਹਿਬਜ਼ਾਦੇ ਫਿਰ ਜਵਾਬ ਦਿੰਦੇ ਆ ਉਹ ਕਹਿੰਦੇ ਜੀ ਜੇ ਤੁਸੀਂ ਮੈਨੂੰ ਸਾਨੂੰ ਛੱਡ ਦਿਓਗੇ ਤੇ ਅਸੀਂ ਜਾਵਾਂਗੇ ਤੇ ਵਿਖਰੇ ਹੋਏ ਸਿੰਘਾਂ ਨੂੰ ਇਕੱਠਿਆਂ ਕਰਾਂਗੇ ਜਿਹੜੇ ਵੱਖ-ਵੱਖ ਥਾਂ 'ਤੇ ਚਲੇ ਗਏ ਨੇ ਤੇ ਘਰਾਂ ਦੇ ਵਿੱਚ ਨੇ ਸਿੰਘ ਉਹਨਾਂ ਨੂੰ ਇਕੱਠਿਆਂ ਕਰਾਂਗੇ ਸਿੱਖ ਫੌਜ ਖਾਲਸਾ ਫੌਜ ਇਕੱਠੀ ਕਰਾਂਗੇ ਤੇ ਆ ਕੇ ਸੂਬਾ ਸਰਹੰਦ ਤੇਰੀ ਇਸ ਜਿਹੜੀ ਕਚਹਿਰੀ ਹੈ ਤੇਰੀ ਬਾਦਸ਼ਾਹ ਤੈਨੂੰ ਰੋਲ ਕੇ ਰੱਖ ਦੇਵਾਂਗੇ ਅਸੀਂ ਫਿਰ ਤੇਰਾ ਮੁਕਾਬਲਾ ਕਰਾਂਗੇ ਆ ਕੇ ਤੇ ਸੁੱਚਾ ਅਨੰਦ ਆਖਦਾ ਕਹਿੰਦੇ ਵੇਖੋ ਇਹਨਾਂ ਬੱਚਿਆਂ ਦਾ ਜਿਉਂਦਾ ਰਹਿਣਾ ਸਾਡੇ ਵਾਸਤੇ ਖਤਰਾ ਹੈ ਤੇ ਸੁਬਾ ਸਰਹੰਦ ਨੂੰ ਆਖਦਾ ਵੀ ਤੂੰ ਫੈਸਲਾ ਕਰ ਕਿ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਕੋਲ ਕਾਜੀ ਖੜਾ ਹੋਇਆ ਕਿਉਂਕਿ ਸ਼ਰਾਧਾ ਕਾਨੂੰਨ ਹੈ ਸ਼ਰਾਧੇ ਮੁਤਾਬਕ ਨਾ ਬਜ਼ੁਰਗ ਤੇ ਨਾ ਬੱਚਾ ਇਸ ਉੱਪਰ ਜ਼ੁਲਮ ਨਹੀਂ ਕਰਦੇ ਜੀ ਇਹ ਸ਼ਰਾਧਾ ਦਾ ਕਾਨੂੰਨ ਹੈ ਮੁਗਲ ਹਕੂਮਤ ਜਿਹੜੀ ਹੈ ਤੇ ਉਸ ਵਕਤ ਉੱਥੇ ਬੈਠਾ ਹੋਇਆ ਨਵਾਬ ਮਲੇਰ ਕੁੱਟਲੇ ਵਾਲਾ ਤੋ ਕਿ ਜਦੋਂ ਪਹਿਲਾਂ ਕਾਜੀ ਇਹ ਗੱਲ ਆਖਦੇ ਨੇ ਵਿਸ਼ਰਾਧ ਦੇ ਮੁਤਾਬਕ ਅਸੀਂ ਇਹ ਫੈਸਲਾ ਨਹੀਂ ਲੈ ਸਕਦੇ ਬੱਚੇ ਉੱਪਰ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਇਸਰਾ ਤੇ ਕੋਲ ਬੈਠਾ ਹੋਇਆ ਨਵਾਬ ਮਲੇਰਕੋਟਲੇ ਵਾਲਾ ਸ਼ੇਰਖਾਂ ਕਹਿੰਦੇ ਉਹਨੂੰ ਬੁਲਾਇਆ ਗਿਆ ਸੀ ਸਪੈਸ਼ਲ ਬੁਲਾਇਆ ਗਿਆ ਸੀ ਬੱਚਿਆ ਵਾਸਤੇ ਵੀ ਅਸੀਂ ਲਿਆਂਦੇ ਨੇ ਹਾਂਜੀ ਕਿਉਂਕਿ ਉਹਦਾ ਭਰਾ ਨਾਹਿਰ ਖਾਂ ਜਿਹੜਾ ਨਾ ਉਹ ਚਮਕੋਦ ਦੀ ਗੜੀ ਦੇ ਵਿੱਚ ਮਾਰਿਆ ਗਿਆ ਸੀ ਜਦੋਂ ਗੜੀ ਦੇ ਚੜ ਕੇ ਤੇ ਕੋਸ਼ਿਸ਼ ਕਰਨ ਲੱਗਾ ਗੜੀ ਵਿੱਚ ਦਾਖਲ ਹੋਣ ਦੀ ਤੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪਾਤਸ਼ਾਹ ਜੀ ਨੇ ਇਹਦਾ ਜਦੋਂ ਸਿਰ ਉੱਪਰ ਹੁੰਦਾ ਵੇਖਿਆ ਤੇ ਤੀਰ ਮਾਰ ਕੇ ਤੇ ਖਤਮ ਕਰ ਦਿੱਤਾ ਸੀ ਇਹਨੂੰ ਤੇ ਸਤਗੁਰੂ ਸਹਿਬ ਮਹਾਰਾਜ ਪਾਤਸ਼ਾਹ ਜੀ ਦੇ ਵੱਲੋਂ ਇਹਦੇ ਭਰਾ ਮਾਰੇ ਹੋਏ ਭਰਾ ਦਾ ਬਦਲਾ ਲੈਣ ਦੇ ਲਈ ਤੇ ਸ਼ੇਰਖਾਨ ਨੂੰ ਕਿਹਾ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਨੇ ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ ਨਵਾਬ ਮਲੇਰ ਕੋਟਲੇ ਵਾਲਾ ਕਹਿੰਦਾ ਕਹਿੰਦਾ ਬਦਲਾ ਹੀ ਲੈਣਾ ਹੈ ਤੋ ਲੂੰਗਾ ਮੈਂ ਵਾਪਸੇ ਖੁਦਾ ਮਹਿਫੂਜ਼ ਰੱਖੇ ਮuje ਐਸੇ ਪਾਪ ਸੇ ਕਹਿੰਦਾ ਮੈਂ ਬਦਲਾ ਲੈਣਾ ਤੇ ਲਵਾਂਗੇ ਤੇ ਪਿਓ ਕੋਲੋਂ ਇਹਨਾਂ ਦੇ ਜਿਹਦੇ ਨਾਲ ਗੱਲ ਆ ਲੜਾਈ ਆ ਜਿਹਦੇ ਨਾਲ ਮੇਰੀ ਲੜਾਈ ਆ ਵੀ ਇਹੋ ਜਿਹਾ ਪਾਪ ਨਾ ਮੇਰੇ ਹੱਥੋਂ ਹੋਵੇ ਮੈਂ ਇਹੋ ਜਿਹਾ ਪਾਪ ਨਹੀਂ ਕਰਨਾ ਚਾਹੁੰਦਾ ਉਹ ਹਾਂ ਦਾ ਨਾਰਾ ਮਾਰਿਆ ਉਹਨੇ ਆ ਵੀ ਇੱਕ ਤਰ੍ਹਾਂ ਦੇ ਨਾਲ ਹੱਕ ਦੇ ਵਿੱਚ ਉਹਨੇ ਇਹ ਗੱਲ ਕੀਤੀ ਵੀ ਬੱਚਿਆਂ ਦਾ ਕੋਈ ਕਸੂਰ ਨਹੀਂ ਸਹਬ ਜਾਦਿਆਂ ਦਾ ਕੋਈ ਕਸੂਰ ਨਹੀਂ ਮਤਲਬ ਕਿ ਕਿਤੇ ਸਰਾਂਦੇ ਨਵਾਬ ਦੀ ਇੱਕ ਵੱਡੀ ਚਾਲ ਸੀ ਵੀ ਆਪਣੇ ਉੱਤੇ ਗੱਲ ਦੀ بجائے ਮਲੇਰਕੋਟਲੇ ਦੇ ਉੱਤੇ ਪਾ ਦਈਏ ਤੇ ਫੇਰ ਇਹ ਬੱਚਿਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਹਾਂ ਫੇਰ ਸਜ਼ਾ ਦਿੱਤੀ ਜਾਵੇ ਪਰ ਨਵਾਬ ਸ਼ੇਰਖਾਂ ਛੱਡ ਗਿਆ ਕਚਹਿਰੀ ਛੱਡ ਕੇ ਬਾਹਰ ਚਲਾ ਗਿਆ ਕਹਿੰਦਾ ਮੈਂ ਇਹੋ ਜੇ ਕਤਲ ਦੇ ਹੱਕ ਦੇ ਵਿੱਚ ਨਹੀਂ ਹਾਂ ਤੇ ਆਖਿਰਕਾਰ ਹੁਣ ਜਦੋਂ ਕੋਈ ਵੀ ਤਿਆਰ ਨਹੀਂ ਕਿਉਂਕਿ ਸ਼ਰਾ ਦਾ ਕਾਨੂੰਨ ਵੀ ਨਹੀਂ ਹੈ ਵਾਰ-ਵਾਰ ਫਿਰ ਇਹ ਕਿਹਾ ਗਿਆ ਵੀ ਤੁਸੀਂ ਕੋਈ ਨਾ ਕੁਝ ਫੈਸਲਾ ਸੁਣਾਓ ਕਾਜ਼ੀਆਂ ਨੂੰ ਆਖਿਆ ਗਿਆ ਤੇ ਕਾਜ਼ੀ ਆਖਿਰਕਾਰ ਕਿਉਂਕਿ ਹਕੂਮਤ ਦਾ ਜੋਰ ਹੈ ਤੇ ਉਹ ਫੈਸਲਾ ਕੀ ਸੁਣਾਉਂਦੇ ਨੇ ਕਿ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿਣਕੇ ਨੀਹਾਂ ਦੇ ਵਿੱਚ ਚਿਣਕੇ ਸ਼ਹੀਦ ਕਰ ਦਿਓ ਖਤਮ ਕਰ ਦਿਓ ਮਤਲਬ ਕਰ ਦਿਓ ਅੰਦਰ ਸਾਹ ਘੁੱਟ ਜਾਏਗਾ ਕੰਧਾਂ ਚਿਣਦੇ ਹੋਗੇ ਆਸੇ-ਪਾਸੇ ਦੇ ਮੌਤ ਹੋ ਜਾਏਗੀ ਇਹਨਾਂ ਦੀ ਮਤਲਬ ਉਹ ਵੀ ਤਾਂ ਕਾਜ਼ੀ ਨੇ ਕਹਿਤਾ ਵੀ ਕਿਉਂਕਿ ਵੱਡੇ ਹੋ ਕੇ ਜਗ ਸ਼ਾਹ ਜਦ ਦੇ ਨੇ ਕਿਹਾ ਸੀ ਅਸੀਂ ਫਿਰ ਤੋਂ ਜਿਹੜਾ ਇਹਨੂੰ ਹਾਂ ਵੀ ਇਹਨਾਂ ਦਾ ਹਕੂਮਤ ਦਾ ਮੁਕਾਬਲਾ ਕਰਾਂਗੇ ਇਹਨਾਂ ਦੇ ਨਾਲ ਆ ਕੇ ਟੱਕਰ ਲਵਾਂਗੇ ਤੇ ਸੁਚਾਨੰਦ ਝੂਠੇ ਨੰਦ ਵਰਗਿਆਂ ਨੂੰ ਕਸਾਇਆ ਵਾਰ-ਵਾਰ ਵਜੀਦੇ ਨੂੰ ਵੀ ਤੂੰ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਵੀ ਇਹ ਜਿਉਂਦੇ ਨਾ ਜਾਣ ਅਜ ਸਾਡੇ ਹੱਥੋਂ ਬਚ ਨਾ ਜਾਣ ਤੇ ਇਸੇ ਕਰਕੇ ਆਖਰਕਾਰ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਸ਼ਾਹਜਾਹਦਿਆਂ ਨੂੰ ਵੀ ਸ਼ਹੀਦ ਕੀਤਾ ਜਾਵੇ ਮਾਰ ਦਿੱਤਾ ਜਾਵੇ ਵੀ ਕੰਧਾਂ ਦੇ ਵਿੱਚ ਦੀਵਾਰਾਂ ਦੇ ਵਿੱਚ ਛਿਣਕੇ ਤੇ ਅੱਜ ਜਦੋਂ ਇਹ ਫੈਸਲਾ ਸੁਣਾਇਆ ਨਾ ਕਿਉਂਕਿ ਮਾਤਾ ਗੁਜਰ ਕੌਰ ਜੀ ਨੂੰ ਆ ਕੇ ਜਦੋਂ ਸਾਬ ਜਾਨ ਨੇ ਦੱਸਿਆ ਦੁਬਾਰਾ ਫੇਰ ਠੰਡੇ ਬੁਰਜ ਚ ਠੰਡੇ ਬੁਰਜ ਵਿੱਚ ਉਹ ਰਾਤ ਕਿ ਮਾਤਾ ਜੀ ਇਹ ਕੁਛ ਉਹਨਾਂ ਨੇ ਫੈਸਲਾ ਕੀਤਾ ਤੇ ਕੱਲ ਨੂੰ ਸਾਡੇ ਨਾਲ ਇਸ ਤਰ੍ਹਾਂ ਗੁਜਰਨੀ ਹੈ ਤੇ ਧੰਨ ਮਾਤਾ ਗੁਜਰ ਕੌਰ ਜੀ ਗੱਲ ਨਾਲ ਲਾਉਂਦੇ ਨੇ ਕੁੱਟ-ਕੁੱਟ ਕੇ ਤੁਸੀਂ ਦੇਖੋ ਵੀ ਹਿੰਮਤ ਇੱਕ ਬੱਚਿਆਂ ਦੀ ਵੀ ਗੱਲ ਕਰੀ ਤੇ ਉਹਦੀ ਮਾਂ ਦੀ ਵੀ ਹਿੰਮਤ ਹੈ ਜੀ ਨੂੰ ਪਤਾ ਵੀ ਇਹ ਲੱਗਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਮੇਰੇ ਲਾਲ ਨੇ ਫੋਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ